ਜਰਾਬਾਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਵੰਸ਼ ਨੂੰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ 5ਵੀਂ ਜਮਾਤ ਵਿੱਚ ਕਰਾਇਆ ਦਾਖਲ। ਉਸ ਦੇ ਭਰਾ ਦਾ ਵੀ 9ਵੀਂ ਜਮਾਤ 'ਚ ਕਰਵਾਇਆ ਗਿਆ ਦਾਖਲਾ। ਪਰਿਵਾਰ ਨੂੰ ਦਿੱਤੇ 2 ਲੱਖ ਰੁਪਏ ਦਾ ਚੈੱਕ। ਲੁਧਿਆਣਾ ਵਿੱਚ ਜਰਾਬਾਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਵੰਸ਼ ਦਾ ਬੀਤੇ ਦਿਨੀ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਫੋਨ ਕਰਕੇ ਪਰਿਵਾਰ ਦੀ ਮਾਲੀ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅੱਜ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੰਸ਼ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਅਤੇ ਨਾਲ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਦਾ ਦਾਖਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਰਟ ਸਕੂਲ 5ਵੀਂ ਜਮਾਤ ਵਿੱਚ ਕਰਵਾ ਦਿੱਤਾ ਗਿਆ ਹੈ। ਨਾਲ ਹੀ ਉਸ ਦੇ ਭਰਾ ਦਾ ਦਾਖਲਾ ਵੀ 9ਵੀਂ ਜਮਾਤ ਵਿੱਚ ਕਰਵਾਇਆ ਗਿਆ ਹੈ, ਕਿਉਂਕਿ ਉਸਨੇ ਵੀ ਆਰਥਿਕ ਤੰਗੀ ਦੇ ਚੱਲਦਿਆਂ ਪੜ੍ਹਾਈ ਛੱਡ ਦਿੱਤੀ ਸੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਖੁਦ ਉਸ ਦਾ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ। ਜੇ ਨਿਊਜ਼ ਪੰਜਾਬੀ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਇਹ ਜਿਹੜਾ ਬੱਚਾ ਹੈਗਾ ਵੰਸ਼, ਬਹੁਤ ਪਿਆਰਾ ਬੱਚਾ, 10 ਸਾਲ ਦੀ ਉਮਰ ਹੈ ਇਹਦੀ। ਇਹਦੀ ਵੀਡੀਓ ਦੇਖ ਕੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਆਦੇਸ਼ ਹੋਏ ਸੀ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਅਤੇ ਇਹਦੀ ਪੜ੍ਹਾਈ ਦਾ ਇੰਤਜ਼ਾਮ ਕਰਨ ਦੀ। ਅੱਜ ਇਹਦੇ ਪੇਰੈਂਟਸ ਨੂੰ ਬੁਲਾ ਕੇ, ਜਿਹੜਾ ਸਾਡਾ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਿਹੜਾ ਸਭ ਤੋਂ ਵਧੀਆ ਸਰਕਾਰੀ ਸਕੂਲ ਹੈ ਸਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ, ਉੱਥੇ ਇਸ ਬੱਚੇ ਦੀ ਅਸੀਂ 5ਵੀਂ ਕਲਾਸ 'ਚ ਐਡਮਿਸ਼ਨ ਕਰਾਤੀ ਹੈ। ਇਹਦਾ ਵੱਡਾ ਭਰਾ ਜਿਹਨੇ ਕਿ ਕਿੰਨਾ ਕਾਰਨਾਂ ਕਰਕੇ ਉਹਨੇ ਛੱਡਤੀ ਸੀ ਨੌਕਰੀ ਪਹਿਲਾਂ, ਉਹਨੇ ਪੜ੍ਹਾਈ ਜਿਹੜੀ ਛੱਡਤੀ ਸੀ, ਸੋਰੀ, ਨੌਕਰੀ ਜੁਆਇਨ ਕਰ ਲਈ ਸੀ, ਉਹਨੂੰ ਵੀ ਅਸੀਂ ਜਿਹੜਾ ਹੈਗਾ ਅੱਜ 9ਵੀਂ ਕਲਾਸ 'ਚ ਦਾਖਲ ਕਰਾਤਾ। ਔਰ ਇਹਨਾਂ ਦੇ ਪਿਤਾ ਜੀ ਨੂੰ ਬੱਚਿਆਂ ਦੇ ਨਾਮ 'ਤੇ ਜਿਹੜੀ ਮਾਲੀ ਸਹਾਇਤਾ 2 ਲੱਖ ਰੁਪਏ ਦੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਆਈ ਸੀ ਉਹ ਦੇ ਦਿੱਤੀ ਗਈ ਹੈ। ਔਰ ਪੇਰੈਂਟਸ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਵੀ ਉਹ ਬੱਚਿਆਂ ਨੂੰ ਪੜ੍ਹਨ ਵੱਲ ਪ੍ਰੇਰਿਤ ਕਰਨ। ਇਹ ਜਿਹੜੀ ਉਮਰ ਹੈ ਕੰਮ ਕਰਨ ਦੀ ਨਹੀਂ ਬਲਕਿ ਪੜ੍ਹਨ ਦੀ ਹੈ, ਜੇ ਪੜ੍ਹਨਗੇ ਤਾਂ ਅੱਛਾ ਕੰਮ ਕਰਨਗੇ। ਪਰਮਜੀਤ ਸਿੰਘ ਜੀ ਸਰਦਾਰ ਸਾਹਿਬ ਨੇ ਮੈਨੂੰ ਭਰੋਸਾ ਦਵਾਇਆ ਕਿ ਉਹ ਬੱਚਿਆਂ ਨੂੰ ਪੂਰਾ ਹੁਣ ਪੜ੍ਹਨ ਵਾਲੇ ਪਾਸੇ ਪਾਉਣਗੇ। ਬੱਚਿਆਂ ਦੇ ਮਾਤਾ ਜੀ ਵੀ ਪੜ੍ਹੇ ਲਿਖੇ ਨੇ, 10ਵੀਂ ਪੜ੍ਹੇ ਹੋਏ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਉਹ ਆਪ ਇੰਟਰਸਟ ਲੈ ਕੇ ਬੱਚੇ ਵੱਲ ਧਿਆਨ ਦੇਣਗੇ। ਬੱਚਾ ਬੜਾ ਪਿਆਰਾ ਔਰ ਮੈਨੂੰ ਯਕੀਨ ਹੈ ਕਿ ਇਹ ਬਹੁਤ ਅੱਛਾ ਵੱਡੀ ਮੱਲਾ ਮਾਰੇਗਾ ਜ਼ਿੰਦਗੀ 'ਚ।